ਜਗਰਾਤੇ ਦੇਗੀ ਓ ਖੁਸ਼ੀਆਂ ਮੇਰੀਆਂ ਨਾਲ ਹੀ ਲਹਿਗੀ ਉਹਨੇ ਜੋ ਜੋ ਸੁਪਨੇ ਤੋੜੇ ਤੇ ਉਹਨੇ ਜੋ ਜੋ ਸੁਪਨੇ ਡੋਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਆਂ ਓ ਡੋਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਮੈਨੂੰ ਪਤਾ ਹੈ ਤੁਸੀਂ ਸ਼ੇਅਰ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ ਹਾਏ ਪਹਿਲਾ ਪਹਿਲਾਗੀ ਗੀਤ ਸੀ ਪਹਿਲਾ ਪਹਿਲਾ ਗੀਤ ਸੀ ਲਖਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਕਿਹਨੂੰ ਜ਼ਿਆਦਾ ਪਸੰਦ ਕਿਹਨੂੰ ਕਰਦੇ ਹੋ ਲਖਵਿੰਦਰ ਵਡਾਲੀ ਨੂੰ ਕਮਲ ਖਾਨ ਨੂੰ ਤੇਰੇ ਤੋਂ ਬਗੈਰ ਚੰਨਾ ਜੱਚਦੀ ਨਾ ਮੈਂ ਦੂਰ ਹੋ ਕੇ ਕੱਖ ਦੀ ਨਾ ਮੈਂ ਜੇਕਰ ਮੌਕਾ ਮਿਲੇ ਤੇ ਕਿਹੜੇ ਗਾਇਕ ਨੂੰ ਮਿਲਣਾ ਚਾਹੁੰਦੇ ਜੇ ਲਖਵਿੰਦਰ ਵਡਾਲੀ ਨੂੰ ਜਾਂ ਕਿਸੇ ਨੂੰ ਲਖਵਿੰਦਰ ਵਡਾਲੀ ਤੇਰੇ ਬਿਨਾ ਸਾਰ ਦੇ ਨੀ ਇਹ ਤਾਂ ਤੈਨੂੰ ਵੀ ਪਤਾ ਕਾਤੋ ਦੂਰ ਦੂਰ ਰਹਿਣ ਕਿਹੜੀ ਹੋ ਗਈ ਏ ਖਤਾ ਤੇਰਾ ਨਜ਼ਰੀ ਨਾ ਆਉਣਾ ਤੇਰਾ ਨਜ਼ਰੀ ਨਾ ਆਉਣਾ ਮੇਰੀ ਜਾਨ ਕੱਢ ਦੋ ਵੇ ਤੂੰ ਰੁੱਸ ਜਾਣਾ ਜਦੋਂ ਦਿਲ ਨਹੀਂ ਉਹ ਲੱਗਦਾ ਕਿਹੜੀ ਕਲਾਸ 'ਚ ਪੜ੍ਹਦੇ ਹੋ ਪੰਜਵੀਂ ਕਲਾਸ 'ਚ ਕਿਹੜੇ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਜੋੜਾ ਹੌਲੀ ਹੌਲੀ ਬਾਵਾਂ ਤੋਂ ਮਟਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਤਾਂ ਬੇਟਾ ਜੀ ਆਪਣਾ ਨੰਬਰ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ 8549931982 ਫਿਰ ਬੋਲ ਅਸੀਂ 8549931982 ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪਗਾਉਣ ਦਾ ਧੰਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਉਣ ਦਾ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮਿਲਿਆ ਨੂੰ ਹੋ ਗਏ ਬਹੁਤੇ ਅਰਸੇ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮਿਲਿਆ ਨੂੰ ਹੋ ਗਏ ਬਹੁਤੇ ਅਰਸੇ ਸਕਰੋਲ ਪੰਜਾਬ ਵੇਖ ਰਹੇ ਦਰਸ਼ਕਾਂ ਨੂੰ ਜੀ ਆਖਦੇ ਹਾਂ ਤਾਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜੋੜੇ ਵਿੱਚ ਪਹੁੰਚੇ ਹਾਂ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀ ਸਰਕਾਰੀ ਸਕੂਲ ਦਾ ਵਿਦਿਆਰਥੀ ਆ ਤਾਂ ਆਵਾਜ਼ ਸੁਣ ਕੇ ਤੁਸੀਂ ਕਹੋਗੇ ਵਾਕਈ ਕਿਆ ਬਾਤ ਆ ਵਾਹ ਕਮਾਲ ਆਵਾਜ਼ ਆ
ਵੱਡੇ ਵੱਡੇ ਕਲਾਕਾਰਾਂ ਦੇ ਕੰਨੀ ਹੱਥ ਲਵਾਉਂਦਾ ਹੈ, ਪਰ ਗਰੀਬੀ ਨੇ ਸਮਝ ਲਓ ਵੀ ਇਸ ਬੱਚੇ ਦੀ ਆਵਾਜ਼ ਜਿਹੜੀ ਆ ਦੱਬ ਕੇ ਰੱਖੀ ਆ, ਕਿਉਂਕਿ ਘਰ ਦੇ ਵਿੱਚ ਗਰੀਬੀ ਆ, ਘਰ ਦੇ ਹਾਲਾਤ ਵੀ ਨਾਜ਼ੁਕ ਨੇ, ਤਾਂ ਇਸ ਬੱਚੇ ਦੀ ਆਵਾਜ਼ ਵੀ ਤੁਸੀਂ ਸੁਣ ਕੇ ਕਹੋਗੇ ਕਿਆ ਬਾਤ ਆ, ਅਤੇ ਅਸੀਂ ਵੀਰਾਂ ਨੂੰ ਅਪੀਲ ਵੀ ਕਰਾਂਗੇ ਜਿਹੜੇ ਸੰਗੀਤ ਲਾਈਨ ਨੂੰ ਸਪੋਰਟ ਕਰਦੇ ਨੇ ਕਿ ਇਸ ਬੱਚੇ ਦੀ ਹੁਣੇ ਹੀ ਬਾਂਹ ਫੜ ਲਓ, ਵੱਡਾ ਹੋ ਕੇ ਇਹ ਵੀ ਨਾਮਵਰ ਗਾਇਕ ਬਣ ਸਕਦਾ ਹੈ। ਅਤੇ ਅਸ ਉਹ ਆਵਾਜ਼ ਸੁਣਾਉਂਦੇ ਹਾਂ ਤੁਹਾਨੂੰ। ਸਭ ਤੋਂ ਪਹਿਲਾਂ ਬੇਟਾ ਜੀ ਇੱਕ ਗੀਤ ਹੀ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ। ਜਗਰਾਤੇ ਦੇਗੀ ਉਹ ਖੁਸ਼ੀਆਂ ਮੇਰੀਆਂ ਨਾਲ ਹੀ ਲਹਿਗੀ, ਉਹ ਅੱਖੀਆਂ ਨੂੰ ਜਗਰਾਤੇ ਦੇਗੀ, ਉਹ ਖੁਸ਼ੀਆਂ ਮੇਰੀਆਂ ਨਾਲ ਹੀ ਲਹਿਗੀ, ਤੇ ਉਹਨੇ ਜੋ ਜੋ ਸੁਪਨਾ ਡੋਲਰ ਗਿਣਦੀ ਹੈ ਤੇ ਮੈਂ ਤਾਰੇ ਗਿਣਦਾਂ, ਉਹ ਗੱਲ ਨਾਲ ਲਾ ਲੈ ਗੈਰੀ ਉਸਨੇ ਪਿਆਰ ਮੇਰੇ ਨੂੰ ਮਾਰ ਕੇ ਠੇਡਾ, ਸ਼ਹਿਰ ਜਲੰਧਰ ਘੁੰਮਦੀ ਹੋਣੀ ਉਹ ਘੁੰਮਦੀ ਹੈ ਵਿੱਚ ਕਨੇਡਾ, ਜੋ ਉਹਨੇ ਲਾਏ ਗਲਾ ਤੇ ਲਾਰੇ ਗਿਣਦਾਂ, ਓ ਡੋਲਰ ਗਿਣਦੀ ਹੈ ਤੇ ਮੈਂ ਤਾਰੇ ਗਿਣਦਾਂ, ਓ ਡੋਲਰ ਗਿਣਦੀ ਹੈ ਤੇ ਮੈਂ ਤਾਰੇ ਗਿਣਦਾ, ਹਾਂ ਹਾਂ ਹਾਂ। ਬਹੁਤ ਵਧੀਆ ਆਵਾਜ਼ ਹੈ ਇਸ ਬੱਚੇ ਦੀ, ਮੈਨੂੰ ਪਤਾ ਹੈ ਤੁਸੀਂ ਸ਼ੇਅਰ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ। ਤਾਂ ਬੇਟਾ ਜੀ ਆਪਣਾ ਨਾਂ ਅਤੇ ਪਿੰਡ ਦਾ ਨਾਂ ਦੱਸਿਓ ਅਤੇ ਕਿਹੜੀ ਕਲਾਸ 'ਚ ਪੜ੍ਹਦੇ ਹੋ? ਪਿੰਡ ਦਾ ਨਾਮ ਜੋੜਾ। ਨਾਮ ਕੀ ਹੈ? ਨਿਰਭੈ ਸਿੱਧੂ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਪੰਜਵੀਂ ਕਲਾਸ 'ਚ। ਕਿਹੜੇ ਸਕੂਲ? ਸਰਕਾਰੀ ਐਲੀਮੈਂਟਰੀ ਸਕੂਲ ਜੋੜਾ। ਤਾਂ ਹੋਰ ਗੀਤ ਕਿਹੜਾ ਸਾਡੇ ਦਰਸ਼ਕਾਂ ਨੂੰ ਸੁਣਾ ਰਹੇ ਹੋ? ਸਲਦੂ ਸਿਕੰਦਰ ਦਾ ਸੁਣਾ ਦਿਓ। ਹੂੰ ਵਸਿਆ ਰਹਿੰਦਾ ਸੀ ਜੀ ਦਾ ਸਾ ਮੇਰੇ ਸਾਵਾਂ ਤੇ, ਲਿਖਿਆ ਰਹਿੰਦਾ ਸੀ ਮੇਰਾ ਨਾਂ ਜੀ ਦੀ ਬਾਵਾਂ ਤੇ, ਹੌਲੀ ਹੌਲੀ ਬਾਵਾਂ ਤੋਂ ਹਾਏ ਹੌਲੀ ਹੌਲੀ ਬਾਵਾਂ ਤੋਂ, ਹੌਲੀ ਹੌਲੀ ਬਾਵਾਂ ਤੋਂ ਮਟਾਇਆ ਉਸ ਕੁੜੀ ਨੇ, ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ, ਮੈਨੂੰ ਹੱਥਾਂ ਦੀ ਕੀਤਾ
ਬਈ ਕਮਲੀ ਏ ਕਿਤਾ ਬਈ ਕਮਲੀ ਏ ਉਹਦੇ ਨਾਲ ਹਜੇ ਤੱਕ ਸਾਂਝ ਮੇਰੀ ਖਿਲੀ ਏ ਸਾਂਝ ਮੇਰੀ ਖਿਲੀ ਏ ਪਹਿਲਾ ਪਹਿਲਾ ਗੀਤ ਸੀ ਹਾਏ ਪਹਿਲਾ ਪਹਿਲਾ ਗੀਤ ਸੀ ਪਹਿਲਾ ਪਹਿਲਾ ਗੀਤ ਸੀ ਲਿਖਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਚੱਲ ਸਰ ਦੂਲਿਓ ਦਾ ਨਾ ਦੱਸ ਦੇਨੇ ਆ ਨਾ ਦੱਸ ਦੇਨੇ ਆ ਜਿੱਥੇ ਆ ਮਿਲੀ ਸੀ ਖਨੇ ਥਾਂ ਦੱਸ ਦੇਨੇ ਆ ਥਾਂ ਦੱਸ ਦੇਨੇ ਆ ਦਵਿੰਦਰ ਨੂੰ ਸ਼ਾਇਰ ਹਾਏ ਦਵਿੰਦਰ ਨੂੰ ਸ਼ਾਇਰ ਦਵਿੰਦਰ ਨੂੰ ਸ਼ਾਇਰ ਬਣਾਇਆ ਉਸ ਕੁੜੀ ਨੇ ਪਰ ਮੈਨੂੰ ਦਿਲੋਂ ਨਹੀਂ ਭੁਲਾਇਆ ਉਸ ਕੁੜੀ ਨੇ ਆਹਾ ਕਿਹਦੇ ਕੋਲੋਂ ਸਿੱਖਦੇ ਹੋ ਤਾਂ ਕਿਵੇਂ ਇੰਨੇ ਗੀਤ ਜਿਹੜੇ ਯਾਦ ਰਹਿ ਜਾਂਦੇ ਨੇ ਜੀ ਪਾਪਾ ਕੋਲ ਸਿੱਖਦੇ ਆ ਅੱਛਾ ਪਾਪਾ ਕੋਲੋਂ ਸਿੱਖਦੇ ਹੋ ਤਾਂ ਫਿਰ ਕਿਹੜੇ ਕਿਹੜੇ ਗਾਇਕ ਦੇ ਗੀਤ ਸੁਣਦੇ ਹੋ ਕਿਹਦੇ ਕਿਹਦੇ ਗੀਤ ਬੋਲ ਲੈਂਦੇ ਹੋ ਹਾਂਜੀ ਸਾਰਿਆਂ ਦੇ ਬੋਲ ਲੈਂਦੇ ਆ ਸਾਰਿਆਂ ਦੇ ਬੋਲ ਲੈਂਦੇ ਹੋ ਕਿਹਦੇ ਕਿਹਨੂੰ ਜ਼ਿਆਦਾ ਪਸੰਦ ਕਿਹਨੂੰ ਕਰਦੇ ਹੋ ਲਖਵਿੰਦਰ ਵਡਾਲੀ ਨੂੰ ਕਮਲ ਖਾਨ ਨੂੰ ਅੱਛਾ ਤਾਂ ਫਿਰ ਸਕੂਲੇ ਵੀ ਮੈਡਮਾਂ ਕਹਿੰਦੀਆਂ ਗੀਤ ਸੁਣਾ ਸਾਨੂੰ ਕਿ ਤੇਰੀ ਆਵਾਜ਼ ਬੜੀ ਸੋਹਣੀ ਆ ਹਾਂਜੀ ਕਹਿੰਦੇ ਹੁੰਦੀ ਆ ਕਹਿੰਦੇ ਫਿਰ ਸੁਣਾਉਂਦੇ ਹੁੰਦੇ ਹਾਂਜੀ ਤਾਂ ਇੱਕ ਹੋਰ ਕਿਹੜਾ ਗੀਤ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਹੁਣ ਮਜੀ ਸੋਤਾ ਸੁਣਾ ਦਿਓ ਤੇਰੇ ਤੋਂ ਬਗੈਰ ਚਨਾ ਜੱਚ ਦੀ ਨਾ ਦੂਰ ਹੋ ਕੇ ਕੱਖ ਦੀ ਨਾ ਮੈਂ ਤੇਰੇ ਤੋਂ ਬਗੈਰ ਚਨਾ ਜੱਚ ਦੀ ਨਾ ਮੈਂ ਤੇਰੇ ਤੋਂ ਬਗੈਰ ਚਨਾ ਜੱਚ ਦੀ ਨਾ ਮੈਂ ਕੋਲੋਂ ਦੂਰ ਹੋ ਕੱਖ ਦੀ ਨਾ ਮੈਂ ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪਗਾਉਣ ਦਾ
ਜਿਉਣ ਦਾ ਧੰਨਵਾਦ ਤੇਰਾ ਮੇਰੀ ਜ਼ਿੰਦਗੀ ਜਿਉਣ ਦਾ। ਬਹੁਤ ਵਧੀਆ। ਤਾਂ ਵੱਡੇ ਹੋ ਕੇ ਸਿੱਧੂ ਸਾਹਿਬ ਕੀ ਬਣਨਾ ਚਾਹੁੰਦੇ ਨੇ ਜੀ? ਕਲਾਕਾਰ। ਕਲਾਕਾਰ ਬਣਨਾ ਚਾਹੁੰਦੇ, ਪੰਜਾਬ ਦੇ ਨਾਮਵਰ ਵੱਡੇ ਗਾਇਕ। ਹਾਂਜੀ। ਤਾਂ ਜੇਕਰ ਮੌਕਾ ਮਿਲੇ ਤੇ ਕਿਹੜੇ ਗਾਇਕ ਨੂੰ ਮਿਲਣਾ ਚਾਹੁੰਦੇ ਜੇ? ਲਖਵਿੰਦਰ ਵਡਾਲੀ ਨੂੰ ਜਾਂ ਕਿਸੇ ਨੂੰ? ਲਖਵਿੰਦਰ ਵਡਾਲੀ ਨੂੰ। ਲਖਵਿੰਦਰ ਵਡਾਲੀ ਨੂੰ। ਹਾਂਜੀ। ਤਾਂ ਅਸੀਂ ਦਰਸ਼ਕਾਂ ਨੂੰ ਅਪੀਲ ਕਰਨੀ ਹੈ ਕਿ ਬੱਚੇ ਦੀ ਇਹ ਮਨ ਦਾ ਸੁਪਨਾ ਜਿਹੜਾ ਪੂਰਾ ਜ਼ਰੂਰ ਕਰਨਾ ਹੈ ਕਿ ਲਖਵਿੰਦਰ ਵਡਾਲੀ ਤੱਕ ਵੀੜ ਕੇ ਪਹੁੰਚਾ ਦਿਓ। ਤਾਂ ਲਖਵਿੰਦਰ ਵਡਾਲੀ ਨੂੰ ਮਿਲਣਾ ਹੈ। ਜਾਂਦੇ ਜਾਂਦੇ ਆਪਾਂ ਗੀਤ ਵੀ ਸੁਣਨਾ ਹੈ ਅਤੇ ਇਸ ਪਰਿਵਾਰ ਇਸ ਬੱਚੇ ਦਾ ਨੰਬਰ ਵੀ ਜ਼ਰੂਰ ਲੈਣਾ ਹੈ, ਕਿਉਂਕਿ ਅਸੀਂ ਅਪੀਲ ਕਰਨੀ ਹਾਂ ਕਿ ਜਿਹੜੇ ਸੰਗੀਤ ਲੈਣ ਨੂੰ ਸਪੋਰਟ ਕਰਦੇ ਨੇ ਉਹ ਇਸ ਬੱਚੇ ਦੀ ਬਾਂਹ ਫੜਨ, ਤਾਂ ਜੋ ਇਹ ਬੱਚਾ ਕਿਸੇ ਚੰਗੇ ਪਲੇਟਫਾਰਮ 'ਤੇ ਆ ਸਕੇ। ਕੋਈ ਗੀਤ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਹੁਣ। ਤੇਰੇ ਬਿਨਾਂ ਸਾਰਦੇ ਨਹੀਂ ਇਹ ਤਾਂ ਤੈਨੂੰ ਵੀ ਪਤਾ, ਕਾਤੋਂ ਦੂਰ ਦੂਰ ਰਹਿਣਾ ਕਿਹੜੀ ਹੋਗੀ ਇਹ ਖਤਾ, ਤੇਰਾ ਨਜ਼ਰੀ ਨਾ ਆਉਣਾ, ਤੇਰਾ ਨਜ਼ਰੀ ਨਾ ਆਉਣਾ, ਮੇਰੀ ਜਾਨ ਕੱਢ ਦੋ ਵੇ ਤੂੰ ਰੁੱਸ ਜਾਣਾ ਜਦੋਂ, ਦਿਲ ਨਹੀਂ ਉਹ ਲੱਗਦਾ ਵੇ ਤੂੰ ਰੁੱਸ ਜਾਣਾ ਜਦੋਂ, ਦਿਲ ਨਹੀਂ ਉਹ ਲੱਗਦਾ, ਕਿਹਦੀ ਚੁੱਕ ਵਿੱਚ ਆ ਕੇ ਹਾਸਾ ਜਗਦਾ ਬਣਾਵੇ, ਕੀਤੇ ਉਮਰਾਂ ਦੇਵਾ ਦੇ ਵੇ ਤੂੰ ਪਲਾਂ ਚ ਭੁਲਾਵੇ, ਗੱਲ ਮੰਜ਼ਲਾਂ ਦੀ ਕਰ, ਗੱਲ ਮੰਜ਼ਲਾਂ ਦੀ ਕਰ, ਕਿਉਂ ਰਾਹਾਂ ਚ ਛੱਡ ਦੋ ਵੇ ਤੂੰ ਰੁੱਸ ਜਾਣਾ ਜਦੋਂ, ਦਿਲ ਨਹੀਂ ਉਹ ਲੱਗਦਾ ਵੇ ਤੂੰ ਰੁੱਸ ਜਾਣਾ ਜਦੋਂ, ਦਿਲ ਨਹੀਂ ਉਹ ਲੱਗਦਾ। ਤਾਂ ਬੇਟਾ ਜੀ ਆਪਣਾ ਨੰਬਰ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ। 8549931982। ਫਿਰ ਬੋਲ ਦਿਓ। 8549931982। ਤਾਂ ਅਸੀਂ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਬੱਚੇ ਦੀ ਮਨ ਦੀ ਖੁਆਇਸ਼ ਆ ਕਿ ਮੇਰੀ ਬਾਂਹ ਫੜ ਕੇ ਕਿਸੇ ਚੰਗੇ ਪਲੇਟਫਾਰਮ 'ਤੇ ਲਿਆਓ, ਕਿਉਂਕਿ ਇਹ ਬੱਚੇ ਦੀ ਆਵਾਜ਼ ਹੁਣੇ ਇੰਨੀ ਸੁਰੀਲੀ ਆ। 11 ਸਾਲ ਦੀ ਉਮਰ ਆ ਅਤੇ 5ਵੀਂ ਕਲਾਸ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ, ਪਿੰਡ ਜੌੜਾ, ਜ਼ਿਲ੍ਹਾ ਤਰਨ ਤਾਰਨ ਆ। ਜੇਕਰ ਹੁਣੇ ਹੀ ਤੁਸੀਂ ਇਸ ਬੱਚੇ ਦੀ ਬਾਂਹ ਫੜ ਲਓ ਤਾਂ ਨਾਮਵਰ ਗਾਇਕ ਬਣ ਸਕਦਾ ਹੈ। ਅਤੇ ਇੱਕ ਉਹਦੇ ਮਨ ਦੀ ਖੁਆਇਸ਼ ਹੈ ਕਿ ਲਖਵਿੰਦਰ ਵਡਾਲੀ ਨੂੰ ਮਿਲਣਾ ਹੈ। ਮੈਂ ਵਡਾਲੀ ਸਾਹਿਬ ਨੂੰ ਅਪੀਲ ਵੀ ਕਰੂੰਗਾ ਕਿ ਇਸ ਬੱਚੇ ਨੂੰ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਹੈ, ਜ਼ਰੂਰ ਫੋਨ ਕਰਕੇ ਇਸ ਬੱਚੇ ਨੂੰ ਹੌਸਲਾ ਦਿਓ ਅਤੇ ਕਮੈਂਟ ਕਰਕੇ ਵੀ ਦੱਸਿਓ ਕਿ ਇਸ ਬੱਚੇ ਦੀ ਆਵਾਜ਼ ਕਿਵੇਂ ਦੀ ਲੱਗੀ। ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ। ਮੈਂ ਹਾਂ ਜਸਵੀਰ ਸਿੰਘ ਸ਼ੀਨਾ, ਤਰਨ ਤਾਰਨ।